परसों भी किसी नाल गल चली सी साडी होई है भई क्योंकि वैसे भी हुण सरकार लग गई है छड्डण हुण हौली एक एक करके असीं कहा सी भई तुसीं सारिआं नूं परोह देती कोई मतलब माहौल खराब वाली है जिहड़ी है बहाना लाउणी है और जी कोई गल नहीं होई भई हुण तुसीं सारिआं नूं रिलीज़ कर दो पक्की रिहाई दे दो हुण थोड़ी देर च दे देणगे। ਭਾਈ ਅੰਮ੍ਰਿਤਪਾਲ ਸਿੰਘ ਐਮ ਪੀ ਬਣਨ ਮਗਰੋਂ ਵੀ ਜੇਲ੍ਹ ਦੇ ਵਿੱਚ ਹੈਗੇ ਔਰ ਕੀ ਕਾਰਨ ਹੈ ਕਿ ਉਹਨਾਂ ਨੇ ਛੱਡਣਾ ਜਾਂ ਨਾ ਛੱਡਣਾ ਕੀ ਰਾਜਨੀਤੀ ਨਹੀਂ ਉਹ ਤਾਂ ਧੱਕਾ ਹੈ ਜੀ ਅੰਮ੍ਰਿਤਪਾਲ ਕੋਲੋਂ ਤਾਂ ਦੇਖੋ ਐਨ ਐਸ ਜੀ ਤਾਂ ਲਾ ਤੀ ਉਹਦੇ ਕੋਲੋਂ ਕੋਈ ਚੀਜ਼ ਨਹੀਂ ਐਸੀ ਬਰਾਮਦ ਹੋਈ ਸੀ ਜਿਹਦੇ ਕਰਕੇ ਐਨ ਐਸ ਜੀ ਲਾਈ ਜਾਵੇ ਨਾ ਹਥਿਆਰ ਨਾ ਕੁਛ ਹੋਰ ਨਾ ਕਿਸੇ ਕੰਟਰੀ ਦੇ ਵਿੱਚ ਪਾਕਿਸਤਾਨ ਦੀ ਆਈ ਐਸ ਆਈ ਨਾਲ ਲਿੰਕ ਜੋ ਇਹ ਕਹਿੰਦੇ ਹੁੰਦੇ ਆ ਕੁਛ ਨਹੀਂ ਸੀ ਬਰਾਮਦ ਹੋਇਆ ਸਿਰਫ ਅਜਨਾਲੇ ਵਾਲੇ ਜਿਹੜਾ ਕੇਸ ਹੋਇਆ ਸੀ ਉਹਦੇ ਕਰਕੇ ਇਹ ਐਨ ਐਸ ਏ ਲਾਈ ਸੀ ਹੁਣ ਵਧਾ ਤੀ ਆ ਉਦੋਂ ਪਿੱਛੇ ਜੇ ਭਗਵੰਤ ਮਾਨ ਨੇ ਬਹੁਤ ਮਾੜੀ ਗੱਲ ਨਹੀਂ ਵਧਾਉਣੀ ਚਾਹੀਦੀ ਸੀ। ਹਰੀਕੋਨ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਨਾਮਜ਼ਦ ਕੀਤਾ ਜਾ ਰਿਹਾ ਵਾ ਕੀ ਲੱਗਦਾ ਨਹੀਂ ਉਹਦਾ ਆ ਗਿਆ ਅਰਸ਼ ਦੱਲੇ ਦਾ ਬਿਆਨ ਆ ਗਿਆ ਵੀ ਜੋ ਕੀਤਾ ਮੈਂ ਕੀਤਾ ਵੀ ਇਹਦੇ 'ਚ ਅੰਮ੍ਰਿਤਪਾਲ ਸਿੰਘ ਦਾ ਕੋਈ ਕੇਸ ਰੋਲ ਨਹੀਂ ਹੈ। ਪੰਜਾਬ ਨੂੰ ਇੱਕ ਨਸ਼ੇ ਨੂੰ ਮੁਕਤ ਕਰਨਾ ਹੋਵੇ ਤਾਂ ਉਹਦਾ ਕੀ ਹੱਲ ਕਰਨਾ ਚਾਹੀਦਾ ਸਮੇਂ ਦੀਆਂ ਸਰਕਾਰਾਂ ਨੂੰ ਕਿਉਂਕਿ ਪੰਚਾਇਤੀ ਚੋਣਾਂ ਦੀ ਗੱਲ ਕਰ ਲਈ ਜਾਏ। ਅਸੀਂ ਮੈਂ ਤਾਂ ਆਪਣੇ ਏਰੀਏ ਦੇ ਵਿੱਚ ਗਿਆ ਸੀਗਾ ਜਿਹੜੇ ਸਾਡੇ ਸੀਗੇ ਮੈਂ ਕਿਹਾ ਵੀ ਉਹੀ ਬੰਦਾ ਖੜੇ ਹੋ ਜਿਹੜਾ ਆਪਣੇ ਪਿੰਡ 'ਚ ਨਸ਼ਾ ਨਾ ਵਿਕਣ ਦੇਵੇ ਇਹ ਐਵੇਂ ਹੀ ਬਣੂਗੀ ਜੀ ਗੱਲ ਤਾਂ ਹੀ ਕੰਮ ਸਟਾਰਟ ਹੋਣਾ ਪਿੰਡ ਪੱਧਰ ਤੋਂ ਜਿਹੜੇ ਸਰਪੰਚ ਹੈ ਉਹ ਇਹ ਕਹਿ ਕੇ ਚੁਣੇ ਮਤਲਬ ਮੇਨ ਉਹਨਾਂ ਦਾ ਉਹਨਾਂ ਨੂੰ ਚੁਣੀਆਂ ਹੀ ਆਪਾਂ ਤਾਂ ਬਈ ਜੇ ਉਹ ਪਿੰਡ 'ਚ ਨਸ਼ਾ ਨਹੀਂ ਵਿਕਣ ਦੇਣਗੇ ਉਹਨਾਂ ਦੀ ਚੋਣ ਹੀ ਤਾਂ ਹੋਵੇ ਇਹ ਕਹਿ ਕੇ ਆਪਾਂ ਉਹਨਾਂ 'ਤੇ ਸ਼ਰਤ ਰੱਖੀਏ ਤਾਂ ਹੀ ਆਪਣੇ ਪੰਜਾਬ ਦੇ ਪਿੰਡ ਪਿੰਡ 'ਚ ਨਸ਼ਾ ਵਿਕਣਾ ਬੰਦੋ। ਐਸ ਜੀ ਪੀ ਸੀ ਪ੍ਰਧਾਨਗੀ ਲੈ ਕੇ ਬੀਬੀ ਜਗੀਰ ਕੌਰ ਨੂੰ ਸੁਧਾਰ ਲਹਿਰ ਵੱਲੋਂ ਅੱਜ ਉਮੀਦਵਾਰ ਐਲਾਨਿਆ ਗਿਆ ਕਿ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਉਹਨਾਂ ਦੀ ਠੀਕ ਹੈ ਜੀ ਉਹਨਾਂ ਨੇ ਆਪਣਾ ਐਲਾਨ ਤਾਂ ਕੈਂਡੀਡੇਟ ਠੀਕ ਹੈ ਚੰਗੀ ਗੱਲ ਹੈ। ਬਲਟੋਆ ਸਾਹਿਬ ਦੇ ਮਾਮਲੇ 'ਤੇ ਕੀ ਕਹਿਣਾ ਚਾਹੋਗੇ? ਕਿਉਂਕਿ ਉਹ ਤਾਂ ਬਹੁਤ ਗਲਤ ਗੱਲ ਹੈ ਜੀ ਬਲਟੋਆ ਸਾਹਿਬ ਦੀ ਜੇ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਕਿੰਤੂ ਪਰੰਤੂ ਲੱਗ ਕੇ ਕਰਨ ਫਿਰ ਤਾਂ ਮੁੜ ਕੇ ਰਿਹਾ ਹੀ ਕੁਛ ਨਹੀਂ ਜੀ ਸਿੱਖ ਵਾਸਤੇ ਅਕਾਲ ਤਖਤ ਤੋਂ ਅੱਗੇ ਤਾਂ ਦੇ ਰਹੀ ਹੈ ਸਾਡੇ ਲਈ ਤਾਂ ਹੈ ਹੀ ਕੁਛ ਨਹੀਂ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕਿੰਤੂ ਪਰੰਤੂ ਕਰਦੇ ਹਾਂ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਵੀ ਮਤਲਬ ਨਹੀਂ ਕਹਿਣੇ ਵਾਲੀਆਂ ਗੱਲਾਂ ਕਹਿੰਦੇ ਉਹਨਾਂ ਦੇ ਬੱਚਿਆਂ ਬਾਰੇ ਵੀ ਉਹਨਾਂ ਦੀ ਕਾਸਟ ਬਾਰੇ ਬਹੁਤ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ।